हेलो फ्रेंड्स, वेलकम टू माय चैनल परफेक्ट हाउसवाइफ। आज दे एपिसोड दा बहुत बहुत स्वागत है। आ फेशियल स्टेप्स दा लास्ट एपिसोड है। मैनु उम्मीद है तुसी इन्ना सारे फेशियल स्टेप्स तो पूरा फायदा उठाया होएगा। सारे स्टेप्स तुहानू याद हो गए होंगे। हुण जिहड़ा अगला एपिसोड आपां शूट करांगे उह फेशियल दे नाल करांगे। उह आपां फेशियल मिल के करांगे। मैं वीडियो च फेशियल करांगी ते तुसी ਉਵੇਂ ਆਪਦਾ ਫੇਸ਼ੀਅਲ ਕਰੋਗੇ ਤੇ ਦੇਖਾਂਗੇ ਕਿ ਆਪਣੇ ਸਟੈਪਸ ਕਿੰਨੇ ਮਿਲਦੇ ਆ, ਕਿੰਨੇ ਸਟੈਪਸ ਤੁਹਾਨੂੰ ਯਾਦ ਹੋਏ ਨੇ। ਸ਼ੁਰੂ ਕਰੀਏ ਇਸ ਐਪੀਸੋਡ ਨੂੰ। ਅੱਜ ਦਾ ਜਿਹੜਾ ਐਪੀਸੋਡ ਹੈ ਆਪਾਂ ਚਿੰਨ੍ਹ ਤੇ ਕਰਨਾ ਹੈ। ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਕਿ ਚਿੰਨ੍ਹ ਤੇ ਆਪਾਂ ਇਸ ਤਰੀਕੇ ਨਾਲ ਪ੍ਰੈਸ ਕਰਨਾ ਹੈ, ਠੀਕ ਹੈ। ਇਸ ਤਰੀਕੇ ਨਾਲ ਕੰਨ ਤੱਕ ਲਿਆਵਾਂਗੇ। ਫਿਰ ਆਹ ਜਿਹੜੀਆਂ ਉਂਗਲਾਂ ਹੈ ਇਸ ਤਰੀਕੇ ਨਾਲ, ਇਸ ਤਰੀਕੇ ਨਾਲ ਪਹਿਲਾਂ ਆਪਾਂ ਜਿਹੜਾ ਸੀ ਕਰਦੇ ਹੁੰਦੇ ਸੀ ਐਵੇਂ ਕਰਕੇ ਚਿੰਨ੍ਹ ਨੂੰ ਉੱਪਰ ਤੱਕ, ਲੇਕਿਨ ਕਈਆਂ ਦੀ ਡਬਲ ਚਿੰਨ੍ਹ ਹੁੰਦੀ ਹੈ। ਜਦੋਂ ਆਪਾਂ ਇਸ ਤਰੀਕੇ ਨਾਲ ਕਰਨੇ ਹਾਂ ਤੇ ਠੋਡੀ ਦੇ ਨੀਚੇ ਜਿਹੜਾ ਇੱਕ ਮਾਸ ਦਾ ਪੁਆਇੰਟ ਹੁੰਦਾ ਹੈ ਉਹ ਵੱਡਾ ਹੋਣ ਦੀ ਸੰਭਾਵਨਾ ਰਹਿੰਦੀ ਹੈ। ਸਕਿਨ ਕਈਆਂ ਦੀ ਲਟਕੀ ਹੁੰਦੀ ਹੈ ਤੇ ਉਹ ਵਸਾ ਉੱਥੇ ਇਕੱਠੀ ਹੋ ਜਾਂਦੀ ਹੈ। ਇਸ ਲਈ ਆਪਾਂ ਇਸ ਤਰੀਕੇ ਨਾਲ ਨਾ ਕਰਕੇ ਇਸ ਤਰੀਕੇ ਨਾਲ ਕਰਾਂਗੇ। ਆ ਚਾਰੋਂ ਉਂਗਲਾਂ ਇਸ ਤਰੀਕੇ ਨਾਲ। ਉਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਉੱਥੇ ਚਿੰਨ੍ਹ ਤੇ ਪੀਚਿੰਗ ਕਰਾਂਗੇ। ਫਿਰ ਤਿੰਨ ਉਂਗਲਾਂ ਨਾਲ ਇਸ ਤਰੀਕੇ ਨਾਲ ਕਲੈਪਿੰਗ ਕਰਾਂਗੇ, ਟੈਪਿੰਗ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਇਸ ਤਰੀਕੇ ਨਾਲ ਮਸਾਜ ਕਰਕੇ ਫਿਰ ਇਸ ਤਰ੍ਹਾਂ ਇੱਕ ਦੂਸਰੇ ਦੇ ਫਿੰਗਰ ਵਿੱਚ ਐਡ ਕਰਕੇ ਇਸ ਤਰੀਕੇ ਨਾਲ ਪੂਰੇ ਹੱਥ ਦੇ ਨਾਲ ਚਿੰਨ੍ਹ ਦੀ ਮਸਾਜ ਕਰਦੇ ਹੋਏ ਫਿਰ ਆ ਗਏ ਆਪਾਂ ਹੋਠਾਂ ਦੇ ਕੋਲ। ਇੱਥੋਂ ਪ੍ਰੈਸ ਕਰਾਂਗੇ ਇਸ ਤਰੀਕੇ ਨਾਲ, ਇੱਥੋਂ ਲਿਆ ਕੇ ਚਿੰਨ੍ਹ ਨੂੰ ਹੋਠਾਂ ਦੇ ਕੋਲ ਇਸ ਤਰੀਕੇ ਨਾਲ ਪ੍ਰੈਸ ਕਰਾਂਗੇ। ਫਿਰ ਇੱਥੋਂ ਚੱਲਾਂਗੇ ਨੋਜ਼ ਦੇ ਕੋਲ ਇਸ ਤਰੀਕੇ ਨਾਲ ਪ੍ਰੈਸ ਕਰਾਂਗੇ, ਨੋਜ਼ ਦੇ ਕੋਲੋਂ ਐਂ ਲਿਆ ਕੇ ਫਿਰ ਆ ਫੋਰਹੈਡ ਤੇ ਇਸ ਤਰੀਕੇ ਨਾਲ ਪ੍ਰੈਸ ਕਰਕੇ ਤੇ ਇਸ ਤਰੀਕੇ ਨਾਲ ਟੈਂਪਲ ਪੁਆਇੰਟ ਤੇ ਲਿਆ ਕੇ ਪ੍ਰੈਸ ਕਰਦੇ ਹੋਏ ਫਿਰ ਇਹਨੂੰ ਪੁਆਇੰਟ ਨੂੰ ਲੈ ਕੇ ਜਾਵਾਂਗੇ ਕੰਨਾਂ ਦੇ ਪਿੱਛੇ ਇਸ ਤਰੀਕੇ ਨਾਲ ਦੋ ਉਂਗਲਾਂ ਦੇ ਨਾਲ ਪ੍ਰੈਸ ਕਰਕੇ ਇਸ ਸਟੈਪ ਨੂੰ ਆਪਾਂ ਕੰਪਲੀਟ ਕਰਾਂਗੇ। ਤੇ ਉਸ ਤੋਂ ਬਾਅਦ ਜਿਹੜਾ ਹੈ ਗਰਦਨ ਦਾ ਜਿਹੜਾ ਸਟੈਪ ਹੈ ਉਹ ਵੀ ਬਿਲਕੁਲ ਛੋਟਾ ਜਿਹਾ ਸਟੈਪ ਹੈ। ਇਸ ਲਈ ਆਪਾਂ ਕੀ ਕਰਨਾ ਹੈ ਗਰਦਨ ਤੇ ਇਸ ਤਰੀਕੇ ਨਾਲ ਨੀਚਿਓਂ ਉੱਪਰ ਵਾਲੀ ਸਾਈਡ ਤੇ ਮਸਾਜ ਕਰਾਂਗੇ। ਫਿਰ ਉਸ ਤੋਂ ਬਾਅਦ ਕੀ ਕਰਨਾ ਹੈ ਕਿ ਗਰਦਨ ਤੇ ਆਪਾਂ ਨੀਚਿਓਂ ਉੱਪਰ ਦੀ ਕੀਤਾ, ਫਿਰ ਜਿਵੇਂ ਆਪਾਂ ਇੱਕ ਦੂਸਰੇ ਦੇ ਵਿੱਚ ਉਂਗਲਾਂ ਪਾ ਕੇ ਤੇ ਇਸ ਤਰੀਕੇ ਨਾਲ ਜਿਵੇਂ ਚਿੰਨ੍ਹ ਤੇ ਕੀਤੀ ਸੀ ਉਸੇ ਤਰੀਕੇ ਨਾਲ ਗਰਦਨ ਤੇ ਵੀ ਕਰਾਂਗੇ। ਗਰਦਨ ਤੇ ਕਰਨ ਤੋਂ ਬਾਅਦ ਇਸ ਤਰੀਕੇ ਨਾਲ ਲਿਆਉਂਦੇ ਹੋਏ ਆਪਾਂ ਨਾਲ ਦੀ ਨਾਲ ਕੰਨਾਂ ਦੀ ਮਸਾਜ ਕਰਾਂਗੇ। ਇੱਕ ਅੰਗੂਠਾ ਤੇ ਉਂਗਲ ਤੇ ਜਿਵੇਂ ਕਰੀਮ ਲਗਾ ਕੇ ਤੇ ਕੰਨਾਂ ਨੂੰ ਇਸ ਤਰੀਕੇ ਨਾਲ ਪਕੜ ਕੇ ਸਿਰਫ ਇਸ ਤਰੀਕੇ ਨਾਲ ਮਸਾਜ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਆਹ ਦੋ ਉਂਗਲਾਂ ਨਾਲ ਕੰਨਾਂ ਦੇ ਪਿੱਛੇ ਵਾਲੇ ਪੁਆਇੰਟ ਨੂੰ ਫਿਰ ਤੋਂ ਪ੍ਰੈਸ ਕਰਾਂਗੇ ਤੇ ਲਾਸਟ ਵਿੱਚ ਉਹੀ ਕ੍ਰੋਸ ਕਰਨ ਲਈ ਠੋਡੀ ਤੋਂ ਲਿਆ ਕੇ ਹੋਠਾਂ ਦੇ ਕੋਲ, ਫਿਰ ਨੋਜ਼ ਦੇ ਕੋਲ, ਫਿਰ ਸੈਂਟਰ ਵਿੱਚ ਆਈਬ੍ਰੋਜ਼ ਦੇ, ਫਿਰ ਇੱਥੋਂ ਐਵੇਂ ਕਲੋਜ਼ ਕਰਦੇ ਹੋਏ ਟੈਂਪਲ ਪੁਆਇੰਟ ਤੇ ਕਲੋਜ਼ ਕਰਦੇ ਹੋਏ ਇਸ ਸਟੈਪ ਨੂੰ ਆਪਾਂ ਕੰਪਲੀਟ ਕਰਾਂਗੇ। ਥੈਂਕ ਯੂ ਦੋਸਤੋ। ਅਗਰ ਤੁਹਾਨੂੰ ਇਹ ਸਾਰੇ ਸਟੈਪ ਪਸੰਦ ਆਏ ਹੋਣ, ਯਾਦ ਹੋ ਗਏ ਹੋਣ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਆਪਦੇ ਲਾਈਕ ਤੇ ਕਮੈਂਟ ਜ਼ਰੂਰ ਦਿਓ। ਅਗਲਾ ਐਪੀਸੋਡ ਜਿਹੜਾ ਹੈ ਉਹ ਆਪਾਂ ਪੂਰਾ ਫੇਸ਼ੀਅਲ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਸਕਿਨ ਟਾਈਪ ਬਾਰੇ ਡਿਸਕਸ਼ਨ ਕਰਾਂਗੇ। ਥੈਂਕ ਯੂ ਦੋਸਤੋ।